ਅਸਲਾਮੁ ਅਲੈਕੁਮ, ਕੀ ਹਾਲ ਹੈ ਦੋਸਤੋ? ਸੁਣਾ ਦਿਓ, ਠੀਕ ਹੋ? ਅਤੇ ਹੋਰ ਸੁਣਾਓ, ਅੱਜ ਕਾਫੀ ਦਿਨਾਂ ਬਾਅਦ ਆਏ ਹਾਂ ਆਪਣੇ ਯੂਟਿਊਬ ਚੈਨਲ 'ਤੇ। ਇਹਦੀ ਮੇਨ ਵਜ੍ਹਾ ਗਰਮੀ ਬਹੁਤ ਜ਼ਿਆਦਾ, ਅਤੇ ਮਸਾਂ ਆਪਣੇ ਕੰਮ ਕਹੀਦੇ ਨੇ, ਇਹ ਕੰਮ ਨਹੀਂ ਹੁੰਦਾ। ਅਤੇ ਅੱਜ ਚੱਲੇ ਹਾਂ ਪੀਟੋ 'ਤੇ, ਬਦਲੂ ਆਉਂਦਾ ਤੇਲ ਮੋਬਲੈਰ। ਮੁੰਜੀਆਂ ਦਾ ਸੀਜ਼ਨ ਆ ਗਿਆ, ਵੇਖੋ ਕੱਦੂ ਮਾਰਿਆ ਹੈ, ਅਤੇ ਦੋ ਤਿੰਨਾਂ ਦਿਨਾਂ ਨੂੰ ਮੁੰਜੀ ਵੀ ਲਵਾ ਦੇਣੀ ਹੈ, ਬਸ ਫਿਰ ਵਿਹਲੇ ਹੋ ਜਾਣਾ। ਫਿਰ ਕੁਛ ਬੱਬ ਲਾ ਕਰਾਂਗੇ ਇਨਸ਼ਾਅੱਲਾ ਡੇਲੀ ਦਾ। ਫਿਲਹਾਲ ਗਰਮੀ ਬੜੀ ਹੈ, ਗਰਮੀ 'ਚ ਕੰਮ ਸ਼ੰਮ ਕਰਦਿਆਂ ਮੱਤ ਵੱਜ ਜਾਂਦੀ ਹੈ, ਅਤੇ ਇਸ ਵਾਸਤੇ ਫਿਰ ਨਹੀਂ ਇੰਨਾ ਟਾਈਮ ਦੇ ਦਿੱਤਾ। ਅਤੇ ਬਗਾਇਆ ਕੋਈ ਨਹੀਂ, ਹੁਣ ਫਿਰ ਮਾੜਾ ਜਿਹਾ ਹਿੱਲਾ ਜੁਲਾ ਕਰਦੇ ਹਾਂ, ਅਤੇ ਤੁਸੀਂ ਸਪੋਰਟ ਕਰੋ, ਫੁੱਲ ਚੈਨਲ ਸਬਸਕ੍ਰਾਈਬ ਕਰ ਦਿਓ, ਅਤੇ ਆਪਣੇ ਪੰਜ ਫਰੈਂਡਾਂ ਨੂੰ ਵੀ ਸ਼ੇਅਰ ਕਰ ਦਿਓ, ਬਸ ਇੰਨਾ ਕੁਝ ਹੀ ਕਰ ਦਿਓ, ਮਿਹਰਬਾਨੀ। ਅਤੇ ਚੱਕ ਜਾਂਦੇ ਹਾਂ, ਤੁਹਾਨੂੰ ਮਹਾਨੇ ਹਾਂ। ਉਹ ਪੀਟਰ ਚੱਲ ਰਹੇ ਆ, ਪਾਣੀ ਪੈ ਰਿਹਾ ਅੱਗੇ, ਆ ਵੇਖੋ ਮੱਲਾ ਠੱਠਣਾ ਪਿਆ ਕੱਦੂ 'ਚ, ਬਾਰਿਸ਼ ਪੈ ਗਈ ਤਾਂ ਪਾਣੀ ਖਲੋ ਗਿਆ। ਫਿਰ ਵਿੱਚ ਹੀ ਐਵੇਂ ਸਾਬ ਲਾਇਆ, ਔਖਿਆਂ ਸੌਖਿਆਂ ਹੋ ਕੇ। ਅਤੇ ਟਰੈਕਟਰ ਵਾਲਾ ਵੀ ਲਗਾ ਹੁੰਦਾ, ਕੱਦੂ ਨੱਪ ਦੇਣਾ, ਉਸ ਤੋਂ ਬਾਅਦ ਫਿਰ ਦੋ ਦਿਨਾਂ ਬਾਅਦ ਨਾਪ ਛਾਪਾ ਟੁੱਟ ਕੇ ਅਤੇ ਲਵਾਈ। ਮਿਲਦੇ ਹਾਂ ਤੁਹਾਨੂੰ ਕੰਪਿਊਟਰ 'ਤੇ ਜਾ ਕੇ, ਤੁਹਾਨੂੰ ਚੈੱਕ ਕਰਾਉਂਦੇ ਹਾਂ ਮੋਬਲੈਰ ਕਿੰਝ ਬਦਲੀ ਦਾ। ਛਾਲ ਮਾਰ, ਚੱਲ ਆਹੋ ਕਹਿੰਦੇ ਬਈ ਨਾ ਵੜੀਏ ਡੁੱਬੀ ਜਾਂਦਾ। ਹਾਂਜੀ, ਅਤੇ ਕੰਮ ਆਪਣਾ ਬਿਲਕੁਲ ਗਿਆ ਮੁੱਖ, ਚੱਲੇ ਅੰਕਾਰ, ਤੇਲ ਛਿਲ ਬਦਲੀ ਗਿਆ, ਸਾਰਾ ਕੁਝ ਓਕੇ ਹੋ ਗਿਆ, ਫੀਟਰ ਚਲਾ ਦਿੱਤਾ, ਪਾਣੀ ਲਾ ਦਿੱਤਾ, ਅਤੇ ਹੁਣ ਚੱਲਦੇ ਹਾਂ ਕਾਰ ਜਾ ਕੇ, ਸੌਂਦੇ ਹਾਂ, ਨਹਾਉਂਦੇ ਹਾਂ, ਧੋਨੇ ਹਾਂ, ਅਤੇ ਸੌਂਦੇ ਹਾਂ, ਫਿਰ ਉੱਠਾਂਗੇ, ਫਿਰ ਪਾਵਾਂਗੇ ਪੱਠੇ, ਫਿਰ ਤੁਹਾਨੂੰ ਮਿਲਾਂਗੇ ਇਨਸ਼ਾਅੱਲਾ ਪੱਠਿਆਂ ਤੋਂ ਬਾਅਦ। ਅਤੇ ਬਕਾਇਆ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ। ਅੱਲਾ ਹਾਫਿਜ਼, ਬਹੁਤ ਸ਼ੁਕਰੀਆ, ਥੈਂਕ ਯੂ, ਗੁੱਡ ਬਾਏ।